ਨਹੀਂ ਹੈ। ਰਾਮਦੇਵ ਨੇ ਤਾਂ ਰਾਜਦੀਪ ਜੀ ਇਹ ਕਿਹਾ ਹੈ ਕਿ 7 ਦਿਨ ਦੇ ਵਿੱਚ 69% 10 ਦਿਨ ਦੇ ਵਿੱਚ 100% ਠੀਕ ਹੋ ਜਾਊਗਾ ਮਰੀਜ਼। ਰਾਜੂ ਇਸ ਗੱਲ ਤੋਂ ਮੁੱਕਰ ਗਏ ਨੇ, ਉਹਨਾਂ ਨੇ 280 ਬੰਦੇ ਦਾ ਦਾਅਵਾ ਕੀਤਾ ਹੈਗਾ, ਟ੍ਰੈਕ ਕੀਤਾ, ਫਿਰ ਸਰਕਾਰ ਨੇ ਰੋਕ ਕਿਉਂ ਲਾਤੀ? ਅਸੀਂ ਦਵਾਈ ਦੇ ਖਿਲਾਫ਼ ਨਹੀਂ ਹੈਗੇ, ਅਸੀਂ ਜਿਹੜੀ ਇਹਨਾਂ ਨੇ ਮਿੱਥ ਪੈਦਾ ਕੀਤੀ ਹੈ ਲੋਕਾਂ ਦੇ ਵਿੱਚ ਜਾਂ ਗੁੰਮਰਾਹ ਕੀਤਾ ਗਿਆ ਹੈਗਾ, ਤੁਸੀਂ ਆਪਣਾ ਵਪਾਰੀਕਰਨ ਕਰ ਰਹੇ ਹੋ। ਆਪਾਂ ਰਾਮਦੇਵ ਨੇ CTRA ਤੋਂ ਅਪਰੂਵਲ ਲਈ, ਉਹਦੇ ਬੇਸ 'ਤੇ ਹੀ ਕਹਿਤਾ, ਉਹਦਾ ਇੱਕ ਸਟਾਰਟਿੰਗ ਦੀ ਸ਼ੁਰੂਆਤੀ ਇੱਕ ਰਿਸਰਚ ਸੀਗੀ, ਉਦੋਂ ਤੁਸੀਂ ਕਿਵੇਂ ਦਵਾਈ ਬਣ ਸਕਦੇ ਹੋ? ਬਾਬਾ ਰਾਮਦੇਵ ਨੂੰ ਪੁੱਛਿਆ ਗਿਆ ਸਪੈਸ਼ਲ ਤੌਰ 'ਤੇ ਕਿ ਬਾਬਾ ਰਾਮਦੇਵ ਜੀ ਇਹ ਕਰੋਨਾ ਨੂੰ ਮਾਰਨ ਵਾਲੀ ਦਵਾਈ ਹੈ ਜਾਂ ਕਰੋਨਾ ਤੋਂ ਬਚਣ ਲਈ ਦਵਾਈ ਹੈ ਕਿ ਇਮਿਊਨਿਟੀ ਬੂਸਟਰ ਹੈ ਉਹ ਤੋਂ ਬਚਣਾ, ਤਾਂ ਉਹਨਾਂ ਨੇ ਕਿਹਾ ਕਿ ਨਹੀਂ ਇਹ ਕਰੋਨਾ ਨੂੰ ਮਾਰਨ ਵਾਲੀ ਦਵਾਈ ਹੈ। ਉਹਨੇ ਕਿਉਂ ਇਹ ਬਿਆਨ ਦਿੱਤਾ? ਸਾਰਾ ਕੁਛ ਤਾਂ ਡਾਕੂਮੈਂਟਰੀ ਹੈ, ਕਾਗਜ਼ੀ ਹੈ, ਕਿਹੜਾ ਕੋਈ ਆਪਾਂ ਗੱਲ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਕਿਉਂ ਕਿਸ ਬੁਨਿਆਦ 'ਤੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ? ਜੋ ਡਾਕਟਰਾਂ ਨੇ ਮਾਹਰਾਂ ਨੇ ਕੱਲ੍ਹ ਕਹੀ, ਕਹਿੰਦੇ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਵੀ ਇੱਕ ਹਫ਼ਤੇ 'ਚ ਕੋਈ ਦਵਾਈ ਵਾਇਰਸ ਨੂੰ ਮਾਰ ਦਿੰਦੀ, ਕਦੇ ਨਹੀਂ ਹੋ ਸਕਦਾ, ਆਪਣੇ ਐਂਟੀਬੋਡੀਜ਼ ਬਣਾ ਸਕਦੀ ਹੈ, ਵਾਇਰਸ ਨਹੀਂ ਮਾਰ ਸਕਦੀ, ਕਹਿੰਦੇ ਏਡਜ਼ ਖਤਮ ਹੋ ਗਿਆ ਵਾਇਰਸ ਨਹੀਂ। ਫਿਰ ਰਾਮਦੇਵ ਦਾ ਦਾਅਵਾ ਝੂਠਾ? ਬਿਲਕੁਲ ਝੂਠਾ ਹੈਗਾ। ਤੁਸੀਂ ਕਹਿੰਦੇ ਤੁਹਾਡੀ ਦਵਾਈ ਪ੍ਰੂਵ ਹੋਣਾ ਨਾ, ਜਿੱਥੇ 100 ਪੇਸ਼ੈਂਟ ਕਰੋਨਾ ਦਾ ਹੈਗਾ ਉੱਥੇ ਬਾਬਾ ਰਾਮਦੇਵ ਵਿੱਚ ਪਾ ਦਿਓ, ਇਹ ਦਵਾਈ ਲੈ ਲੈਣਾ, ਬਚ ਜਾਣਾ ਆਪਣਾ, ਸਰਟੀਫਿਕੇਟ ਪ੍ਰੂਵ ਹੋ ਜੂਗਾ, ਇੱਕ ਦਾਅਵਾ ਕਰਦੇ ਪਏ ਨਾ, ਇਹਨਾਂ ਨੂੰ ਲੈ ਕੇ ਜਾਓ 100 ਪੇਸ਼ੈਂਟ ਵਿੱਚ ਪਾਓ ਇਹਨਾਂ ਨੂੰ ਯਾਰ, ਜੇ ਇਹ ਦਵਾਈ ਖਾ ਕੇ ਬਚ ਜਾਂਦੇ ਨੇ ਫਿਰ ਉਹ ਦਵਾਈ ਲੈ ਲੈਣਾ, ਹਾਂ ਦਵਾਈ ਲੈ ਲੈਣਾ, ਉਹ ਕਹਿੰਦੇ ਸਹੀ ਠੀਕ ਹੋ ਜਾਣਾ ਉਹਨਾਂ ਨੇ ਆਪ ਹੀ, ਦਾਅਵਾ ਕਰਦੇ ਪਏ ਜਾਣ ਲੋਕਾਂ 'ਚ, ਗੁੰਮਰਾਹ ਰਹਿਣਾ ਕਰਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ, ਅਤੇ ਜੋ ਗੁਰੂ ਰਾਮਦੇਵ ਦੇ ਵੱਲੋਂ ਇੱਕ ਦਾਅਵਾ ਕੀਤਾ ਗਿਆ ਕਿ ਉਹਨਾਂ ਨੇ ਇੱਕ ਦਵਾਈ ਬਣਾਈ ਹੈ ਜੋ ਕਰੋਨਾ ਨਾਲ ਨਿਪਟਣ ਲਈ ਬਹੁਤ ਕਾਰਗਰ ਹੈ ਅਤੇ ਕਰੋਨਾ ਵਾਇਰਸ ਨੂੰ ਖਤਮ ਕਰ ਦੇਵੇਗੀ, 100% ਜਿਹੜਾ ਕਰੋਨਾ ਵਾਇਰਸ ਨਾਲ ਪੀੜਿਤ ਮਰੀਜ਼ ਹੈ ਉਹ ਠੀਕ ਹੋ ਜੂਗਾ। ਹਾਲਾਂਕਿ ਆਯੁਸ਼ ਮੰਤਰਾਲੇ ਨੇ ਕਿਹਾ ਕਿ ਉਹਨਾਂ ਕੋਲ ਜਾਣਕਾਰੀ ਨਹੀਂ ਹੈ, ਪੂਰਾ ਰਿਕਾਰਡ ਮੰਗਿਆ ਗਿਆ ਹੈ, ਪਰ ਕੀ ਵਾਕਿਆ ਰਾਮਦੇਵ ਦੇ ਵੱਲੋਂ ਦਵਾਈ ਬਣਾ ਲਈ ਗਈ ਹੈ, ਪਤੰਜਲੀ ਦੇ ਵੱਲੋਂ ਦਵਾਈ ਬਣਾ ਲਈ ਗਈ ਹੈ, ਇਸੇ ਵਿਸ਼ੇ 'ਤੇ ਚਰਚਾ ਕਰਾਂਗੇ। ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਜੀ ਮੌਜੂਦ ਨੇ। ਰਾਜਦੀਪ ਜੀ, ਜਿਹੜੀ ਗੱਲ ਨੂੰ ਦੁਨੀਆ ਵੇਟ ਕਰ ਰਹੀ ਸੀ, ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਕਰੋਨਾ ਵਾਇਰਸ ਦੀ ਦਵਾਈ ਆਵੇ, ਤਾਂ ਜੋ ਗੁਰੂ ਰਾਮਦੇਵ ਨੇ ਦਾਅਵਾ ਕਰਤਾ, ਕਹਿੰਦੇ ਦਵਾਈ ਬਣਾਤੀ। ਦੇਖੋ, ਦਵਾਈ ਦੀ ਜਿਹੜੀ ਜ਼ਰੂਰਤ ਦੀ ਗੱਲ ਕਰਦੇ ਹਾਂ, ਇਹ 'ਚ ਕੋਈ ਗੱਲ ਗਲਤ ਨਹੀਂ ਹੈ ਵੀ ਦਵਾਈ ਨਹੀਂ ਬਣਨੀ ਚਾਹੀਦੀ, ਦਵਾਈ ਬਣਨੀ ਚਾਹੀਦੀ ਹੈ, ਪਰ ਬਾਬਾ ਰਾਮਦੇਵ ਨੇ ਜਿਹੜਾ ਐਡਾ ਵੱਡਾ ਦਾਅਵਾ ਕੀਤਾ ਹੈਗਾ ਜੀ, ਉਹਦੇ ਪਿੱਛੇ ਦੀ ਸੱਚਾਈ ਹੁਣ ਜਦ ਸਾਰੀ ਲੋਕਾਂ ਨੇ ਜਾਂਚ ਪੜਤਾਲ ਕੀਤੀ ਹੈਗੀ ਹੈ ਜੀ, ਤਾਂ ਉਹਦੇ ਵਿੱਚ ਕਿੰਨੇ ਵੱਡੇ ਮਤਭੇਦ ਆਏ ਨੇ। ਦੇਖੋ, ਇਹਨਾਂ ਨੇ ਜੋ ਨਿਯਮ ਸੀ ਸਰਕਾਰ ਦੇ ਉਹਦੀ ਪਾਲਣਾ ਨਹੀਂ ਕੀਤੀ ਹੈਗੀ ਜੀ, ਇਹ ਦਵਾਈ ਦਾ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈਗੀ ਆ, ਇਰਾਦਾ ਕੀ ਹੈਗਾ? ਮੈਨੂੰ ਇਹ ਲੱਗਿਆ ਇਹਦੇ ਪਿੱਛੇ ਵਪਾਰੀਕਰਨ ਆ ਜੀ, ਵਪਾਰੀਕਰਨ ਕਿਹਾ ਜਾ ਸਕਦਾ ਹੈਗਾ ਜਿਹੜਾ ਉਹਨਾਂ ਨੇ ਇੰਨੀ ਜਲਦਬਾਜ਼ੀ 'ਚ ਕੀਤਾ ਹੈਗਾ। ਹੁਣ ਕਿੱਟ ਦੀ ਗੱਲ ਕਰਦੇ ਹੈਗੇ ਹਾਂ, ਜਿਹੜਾ ਉੱਤਰਾਖੰਡ ਦਾ ਆਯੁਰਵੈਦਿਕ ਦਾ ਡਿਪਾਰਟਮੈਂਟ ਹੈਗਾ ਜਿਹੜਾ ਡਰੱਗਸ ਦੀ ਆਪਣੇ ਦਵਾਈਆਂ ਦੀ ਅਪਰੂਵਲ ਦਿੰਦਾ ਹੈਗਾ, ਉਹਨਾਂ ਨੇ ਇਹ ਕਲੀਅਰ ਕਰਤਾ ਹੈਗਾ ਵੀ ਅਸੀਂ ਤੁਹਾਨੂੰ ਜਿਹੜੀ ਇਹ ਅਪਰੂਵਲ ਦਿੱਤੀ ਸੀਗੀ ਇਹ ਖਾਂਸੀ ਜ਼ੁਕਾਮ ਦੀ ਵਾਸਤੇ ਦਿੱਤੀ ਸੀਗੀ, ਲਾਇਸੈਂਸ ਦਿੱਤਾ ਸੀਗਾ, ਅਤੇ ਤੁਸੀਂ ਅਤੇ ਇਮਿਊਨਿਟੀ ਬੂਸਟਰ ਹੈ, ਕਿਉਂਕਿ ਜੇ ਕੋਈ ਵੀ ਡਰੱਗਸ ਹਿੰਦੁਸਤਾਨ ਹੈਗੀ ਹੈ ਤੁਸੀਂ ਡਰੱਗਸ ਦੇ ਰੂਪ 'ਚ ਆਯੁਰਵੈਦਿਕ ਬਣਾਉਂਦੇ ਹੈ ਤਾਂ ਤੁਹਾਨੂੰ ਆਯੁਸ਼ ਡਿਪਾਰਟਮੈਂਟ ਤੋਂ ਉਹ ਅਪਰੂਵਲ ਕਰਾਉਣੀ ਪੈਂਦੀ ਹੈਗੀ ਆ। ਇੱਕ CDSCO ਜਿਹੜੀ ਸੈਂਟਰਲ ਡਰੱਗ ਡਿਪਾਰਟਮੈਂਟ ਹੈਗਾ ਉਹ ਫਾਈਨਲ ਅਪਰੂਵਲ ਦਿੰਦਾ ਹੈਗਾ, ਪਹਿਲੇ ਆਯੁਸ਼ ਡਿਪਾਰਟਮੈਂਟ ਦਾ ਫਿਰ ਉਹ ਦਿੰਦਾ ਹੈਗਾ, ਅਤੇ ਬੜਾ ਉਹਦਾ ਲੰਬਾ ਪ੍ਰੋਸੈਸ ਹੈ। ਰਾਮਦੇਵ ਨੇ ਲਈ ਕਿਸੇ ਦਵਾਈ ਨਹੀਂ ਹੈ, ਇਹ ਬੇਸਿਕਲੀ ਇਹ ਗਲਤ ਉਹਨਾਂ ਨੇ ਕਿਹਾ ਜੋ ਕਾਗਜ਼ ਬੋਲਦੇ ਪਏ ਨੇ, ਜੋ ਪ੍ਰੋਸੀਜਰ ਅਡੋਪਟ ਕੀਤਾ ਗਿਆ ਜੀ, ਜੋ ਫੋਲੋ ਕੀਤਾ ਗਿਆ ਹੈ ਉਹ ਇੱਕ ਇਮਿਊਨਿਟੀ ਬੂਸਟਰ ਹੈਗਾ। ਹੁਣ ਇਹਨਾਂ ਨੇ 545 ਰੁਪਏ ਦੀ ਉਹ ਕਿੱਟ ਇਹਨਾਂ ਨੇ ਕੱਢਤੀ, ਇਹ ਕਿੱਟ 'ਚ 3 ਦਵਾਈਆਂ ਨੇ, ਉਹਦੇ 'ਚ 2 ਦਵਾਈਆਂ ਆਲਰੇਡੀ ਇਹਨਾਂ ਦੀਆਂ ਮਾਰਕੀਟ ਦੇ ਵਿੱਚ ਹੈਗੀਆਂ ਨੇ, ਜਿਹੜੀ ਉਹਨਾਂ ਵਿੱਚ ਇੱਕ ਹੈਗੀ ਆ, ਆਪਾਂ ਇਹਨਾਂ ਨੇ ਜਿਹੜੀ ਦਵਾਈ ਇੱਕ ਸ਼ਿਫਾਰਸ ਬੱਟੀ ਅਤੇ ਇੱਕ ਇਹਨੇ ਅਨੁਨਾਸਿਕ ਤੇਲ ਕੀਤਾ ਹੈਗਾ ਜੀ। ਜਿਹੜੀ ਸ਼ਿਫਾਰਸ ਬੱਟੀ ਹੈਗੀ ਆ ਉਹਦੀ ਕੀਮਤ 150 ਰੁਪਏ ਹੈ, ਜਿਹੜਾ ਤੇਲ ਹੈਗਾ ਉਹਦੀ ਕੀਮਤ 25 ਰੁਪਏ ਹੈ, 175 ਰੁਪਏ ਦਾ ਦੋਨੋਂ ਸਮਾਨ ਇਸ ਟਾਈਮ ਮਾਰਕੀਟ 'ਚ ਮਿਲਦੇ ਪਏ ਹੈਗੇ ਇਹਨਾਂ ਦੇ ਬ੍ਰਾਂਡ ਦੇ ਹੀ। ਕਰੋਨਾ ਕਿੱਟ ਕਿੰਨੇ ਦੀ ਬਣਾਈ ਹੈ? ਟੋਟਲ 545 ਰੁਪਏ ਦੀ ਕਿੱਟ ਬਣਾਈ ਹੈਗੀ, ਠੀਕ ਹੈ। ਅਤੇ ਹੁਣ ਬਾਕੀ ਉਹਨੂੰ ਜੋ ਇੱਕ ਹੋਰ ਇਮਿਊਨਿਟੀ ਬੂਸਟਰ ਬਣਾਇਆ ਉਹਦੇ 'ਚ ਕੀ ਪਾਇਆ? ਅਸ਼ਵਗੰਧਾ ਪਾਈ ਹੈ, ਤੁਲਸੀ ਪਾਈ ਹੈ, ਇਹਨਾਂ ਨੇ ਅਸ਼ਵਗੰਧਾ ਤੁਲਸੀ ਪਾਈ ਹੈ, ਉਹਦੇ ਵਿੱਚ ਅਸ਼ਵਾਰਸ ਰਸ ਪਾਇਆ ਹੈਗਾ ਅਤੇ ਗਲੋਬ ਪਾਈ ਹੈਗੀ। ਮਤਲਬ ਇਹ ਜਿਹੜੀ ਦਵਾਈ ਬਣਾਈ ਉਹਦੇ ਵਿੱਚ ਹਿੱਸਾ ਨੇ? ਹਾਂ, ਜੋ ਸਰਕਾਰੀ ਡਾਕੂਮੈਂਟਰੀ ਹੈਗੀ ਆ, ਜੋ ਪ੍ਰੂਵਨ ਚੀਜ਼ ਹੈਗੀ ਆ, ਉਹ ਹੈਗੀ ਹੈ ਇੱਕ ਇਮਿਊਨਿਟੀ ਬੂਸਟਰ, ਨੋਟ ਏ ਮੈਡੀਸਨ। ਪਰ ਬਾਬਾ ਰਾਮਦੇਵ ਨੇ ਤਾਂ ਰਾਜਦੀਪ ਜੀ ਇਹ ਕਿਹਾ ਹੈ ਕਿ 7 ਦਿਨ ਦੇ ਵਿੱਚ 69%, 10 ਦਿਨ ਦੇ ਵਿੱਚ 100% ਠੀਕ ਹੋ ਜੂਗਾ ਮਰੀਜ਼। ਰਾਜੂ ਇਸ ਗੱਲ ਤੋਂ ਮੁੱਕਰ ਗਏ ਨੇ। ਦੇਖੋ, ਜਿਹੜਾ ਟ੍ਰਾਇਲ ਕੀਤਾ ਗਿਆ ਹੈਗਾ ਇਹ ਟ੍ਰਾਇਲ ਦਾ ਬੜਾ ਵੱਡਾ ਇੱਕ ਪ੍ਰੋਸੀਜਰ ਹੈਗਾ। ਉਹਨਾਂ ਨੇ ਕਿੰਨਾ ਪਰ ਟ੍ਰਾਇਲ ਕੀਤਾ ਹੈਗਾ? ਸ਼ਾਇਦ ਜੋ ਪੇਸ਼ੈਂਟ ਕਵਰ ਕਰਦੇ ਹੋਣਗੇ ਉਹਨਾਂ ਨੂੰ ਕੀਤਾ ਹੋਊਗਾ, 280 ਬੰਦਿਆਂ ਪਰ? ਮੈਂ ਉਹੀ ਦੱਸਦਾ ਨਾ, ਉਹਨਾਂ ਨੇ 280 ਬੰਦੇ ਦਾ ਦਾਅਵਾ ਕੀਤਾ ਹੈਗਾ, ਟ੍ਰਾਇਲ ਕੀਤਾ, ਫਿਰ ਸਰਕਾਰ ਨੇ ਰੋਕ ਕਿਉਂ ਲਾਤੀ?
असी दवाई के खिलाफ नहीं है, असी जिहड़ी इन्हां ने मिथ पैदा की है लोगों के गुमराह किया गया है, तुसी अपना व्यापारीकरण कर रहे हो, तुसी आर्थिक लाहेवंदी वाल पास तुरे हुए हुए हो। प्रोसीजर जी तुम गल की है कि बहुत सारिया संस्थावां तो यह लैना पैंदा कि हाँ असं दवाई बना रहे हैं तो साड़ी दवाई सही है, कि-कड़ियां संस्थावां ने? आयुष नूं तो दस्या भी नहीं गया। रणवीर साहब तो पहला जी ये प्रोसीजर है, ये तुम सी टी आर आई डिपार्टमेंट होंगे स्टेट का, उसके को अपलाई करना पैदा है जी, वो तुम अपना दस दौ उन्होंने भी साढ़े को रॉ मटीरियल है दवाई का जी, तो ये आयुर्वेदिक सब तो पहला थोड़ा जो भागवत या ग्रंथ है आयुर्वेदिक का वो फॉर्मूला देना पैदा फॉर्मूला यूज लखा फॉर्मूला, मैं खुद पढ़िया हुआ ग्रंथ हो तो लखा फॉर्मूला पेट की दवाई लभो दर्द की, थोड़ा समझ नहीं लगे कि फॉर्मूला मैं लावा, थोड़ू रॉ मटीरियल देना पैदा सी टी आर आई फिर तो थोड़ू अप्रूवल दें ठीक है जस्ट ट्रायल लिए जांच जी है खोज शुरू कर दो, खोज शुरू हो जाती है, फिर उन्होंने एक स्टैप्स ने भी पहले स्टैप इनफॉर्मेशन देनी है थोड़ा जो थोड़ी खोज का रिजल्ट आते हैं वो सारे उन्होंने साझे करने पैदे है, जो सी टी आर आई अप्रूवल होंगी है फिर उस तो बाद जी रिसर्च की किसी जर्नल छापनी पैंती है किसी किताब छापनी पैंती है, वो उपर फिर उस संबंध में जो बुद्धिजीवी है उस किते संबंध लोग ने उन्हों की राय लैनी पैंती है, ये तो है प्रोसीजर नंबर वन। फिर यह जाती है आयुष डिपार्टमेंट के कोल, आयुष डिपार्टमेंट के कोल चार पैरामीटर ने साडे जी जांच शुरू कर दी है, फेस वन फेस टू फेस थ्री फेस फोर। फेस वन के सब तो पहला जी दवाई आ आम बंदे दी जाती है जिस छोटे मोटे सिम्पटम हो गए वो देखा जाता भी किस तरह बंदे मौसम का भी देखा जाता, बंद का खाण पीन भी देखा जाता, बंद की पुरानी हिस्ट्री भी ली जाती हैगी, एक तंदुरुस्त बंदे दी जाती हैगी। उस तो जो अगला स्टैप आ फिर आती है पेशेंट्स के पेशेंट्स दी जाती है, उस सारे ये 100 जो लिखने पैंते थोड़ा बेनीफिट्स 100 इन थोड़े लिखने पैदे ने अपने डीमेरिट्स जो ये थोड़े साइड इफेक्ट्स ने, दोनों चीज़ा बचा दी फेस टू के सारा जो मिश्रण दवाई का होंगे हैगा वो कले कले की क्वानिटी कहते बताई जाती है घटाई जाती है, हर एक स्टैप से थोड़ा इनफॉर्मेशन देनी पैंती है आयुष डिपार्टमेंट में। थर्ड स्टैप है उस तो बाद जो लगता भी इफेक्टिव हैगी है फिर देखी जाती किन्ने एज ग्रुपा देनी हैगी है, फिर किन्ने एज ग्रुपा देनी हैगी कि देशों भी देनी है विदेशों भी देनी है किस नस्ल के बंद देनी है फिर यह फोर्थ जो आ जाता जो फाइनल राउंड है वो सब तो पहला ये दवाई जो प्रमाणित हो जाती है वो जी दवाई पेशेंट हों ऑलरेडी लै रहा हों दवाई दी जाती है फिर वो देखते कि इफेक्ट करती है कदे वो दवाई घटा दी जाती है फिर दवाई बढ़ा दी जाती है, ये सारे एज पैरामीटर ले जाते हैं 1 to 10 years 10 to 20 years 20 to 30 years इस तरह अलग अलग ग्रुप्स के की जाती है। बाबा रामदेव ने तो कुछ नहीं किया, मैं तुम्हें दसदा पैना फिर जो ये सारा क्लीनिकल ट्रायल फाइनल हो जाता है जो फिर मिनिस्ट्री अपरूवल दी है फिर सारे सेंट्रल ड्रग डिपार्टमेंट को जाती है वो मार्केटिंग लिए फिर फाइनल अपरूवल सू उ सेंट्रल जो डिपार्टमेंट है सी डी एस सी ओ तो सेंट्रल ड्रग डिपार्टमेंट है वो बेचन की अपरूवल दिता कंपनी भी तुम हूँ इस मार्केट के बेच सकते हैं जी। हूँ बाबा रामदेव ने किया, बाबा रामदेव ने सी टी आर आई तो अपरूवल ली वो बेस से ही कहता वह एक स्टार्टिंग की शुरुआती एक रिसर्च सी तो तुम किमें दवाई बन सकते हो डिपार्टमेंट मीडिया ने बकायदा तौर पर पूछा बाबा रामदेव एक दवाई दवाई और एक सप्लीमेंट डिफरेंस है सप्लीमेंट की अप्रूवल सौखी मिलती है बहुत उस थोड़ा स्टेट डिपार्टमेंट थोड़ा दे दिता है इन्होंने सप्लीमेंट की अप्रूवल ली है ना कि दवाई की ली है उही मैं कह रहा है बाबा रामदेव ने पूछा गया स्पैशल तौर पर कि बाबा रामदेव जी यह कोरोना मारन वाली दवाई है जां कोरोना तो बचने लई दवाई है कि इम्यूनिटी बूस्टर है वो तो बचना है तो उन्होंने कहा कि नहीं यह कोरोना मारन वाली दवाई है पर उन्होंने क्यों यह बयान दिता जो सारा कुछ तो डॉक्यूमेंट्री है कागजी है कि कोई आप गल प्रेस कॉन्फ्रेंस कर रहे हो क्यों किस बुनियाद पर प्रेस कॉन्फ्रेंस कर रहे हो कह रहे हैं कि आयुष शायद कम्युनिकेशन गैप बेबुनियादी गलत सारी की आयुष डिपार्टमेंट ने अज फाइल भेजी है वो भी मंगे नोटिस मंगने तो बाद सारी गल्स देखो इन्होंने व्यक्तिगत तौर पर अजि इन्हों पहल नहीं करनी चाहिए सी इन्हें बेबुनियाद गल्लां नहीं करनी चाहिए। दुनिया भर च की स्टेटस है सर्च दा देखो सर्च अमेरिका देख लो जी $1 billion अमेरिका ने दिता आस्ट्रेलिया ने दिता इंग्लैंड ने दिता कैनेडा ने दिता है कि 190 जिहड़े यूनिट्स काम कर रहे हैं जिसे 13 यूनिट्स जिहड़े मनुखी ट्रायल के उपर आ चुके हैं वर्ल्ड के जो बंदे जो डॉक्टर ने माहर ने कल कही कहते सवाल ही नहीं पैदा हो सकता भी एक हफ्ते कोई दवाई वायरस को मार दूगी कहीं नहीं हो सकता कहीं एंटीबॉडीज बना सकती है वायरस नहीं मार सकता कहते एड्स खत्म हो गया वायरस नहीं फिर रामदेव का दावा झूठा बिल्कुल झूठा है जो साइंटिफिक साइंस कहती हैगी हाँ जो आयुष डिपार्टमेंट
ਇਹਨੂੰ ਪ੍ਰੂਵ ਕਰ ਦੂਗਾ ਸਾਰੇ ਪੈਰਾਮੀਟਰ ਚੈੱਕ ਮਾਪਦੰਡ ਚੈੱਕ ਕਰਕੇ ਫਿਰ ਇਹਨੂੰ ਇੱਕ ਡਰੱਗ ਮੰਨਿਆ ਜਾਂਦਾ ਦਵਾਈ ਲੱਗਦਾ ਨਹੀਂ ਫਿਰ ਦੁਨੀਆਂ ਭਰ ਨੂੰ ਪੈਰ ਫੜ ਲੈਣੇ ਚਾਹੀਦੇ ਨੇ ਬਾਬਾ ਰਾਮਦੇਵ ਦੇ ਇੱਕ ਦਵਾਈ ਬਣਾ ਬਹੁਤ ਵੱਡੀ ਪ੍ਰਾਪਤੀ ਹੈ ਜਿਹੜੇ ਦੁਨੀਆਂ 'ਚ ਜਿੱਥੇ ਅਰਬਾਂ ਖਰਬਾਂ ਡਾਲਰ ਸਰਚ 'ਤੇ ਲੱਗ ਗਿਆ ਇੱਕ ਛੋਟੇ ਜਿਹੇ ਵਾਇਰਸ ਨੂੰ ਖਤਮ ਕਰਨ ਲਈ ਨਹੀਂ ਉਹਦੇ ਉਹਨੂੰ ਲੜਨ ਦੀ ਤਾਕਤ ਵਧਾਉਣ ਲਈ ਬਿਲਕੁਲ ਖਤਮ ਤਾਂ ਹੋਣਾ ਨਹੀਂ ਹੈਗਾ ਇਹ ਤਾਂ ਕਹਿ ਰਹੇ ਨੇ ਖਤਮ ਨਹੀਂ ਹੋਣਾ ਜੇ ਜਿਸ ਤਰ੍ਹਾਂ ਏਡਜ਼ ਹੈ ਸਾਰਸ ਹੈ ਸਾਰੇ ਵਾਇਰਸ ਨਹੀਂ ਕਿਤੇ ਖਤਮ ਹੁੰਦਾ ਰਾਮਦੇਵ ਜੀ ਜਿਹੜੀ ਰਾਮਦੇਵ ਨੇ ਜਿਹੜੀ ਇਹ ਸਰਦੀ ਖਾਂਸੀ ਦੀ ਦਵਾਈ ਦੇ ਲਾਇਸੈਂਸ ਪਰ ਇਹ ਗੱਲ ਬਣਾਤੀ ਜਾਂ ਤਾਂ ਉਹ ਲਾਇਸੈਂਸ ਲੈਂਦੇ ਬਕਾਇਦਾ ਤੌਰ 'ਤੇ ਉਹ ਤਾਂ ਹੁਣ ਲੈਣਾ ਪੈਣਾ ਇਹਨੂੰ ਤੁਸੀਂ ਰਾਮਦੇਵ ਦਾ ਤੁਸੀਂ ਦੇਖੋ ਪਿਛਲੇ ਇਹਨਾਂ ਦੇ ਤੁਸੀਂ ਵਿੱਤੀ ਵਰਤ ਦੇਖ ਲਓ ਕਿਸ ਤਰ੍ਹਾਂ ਹੋਈ ਹੈ ਜੀ 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 2011-12 ਵਿੱਚ 450 crore ਟਰਨਓਵਰ ਸੀ 2011-12 ਦੇ ਵਿੱਚ ਤੁਸੀਂ ਦੇਖੋ ਉਸ ਤੋਂ ਬਾਅਦ 2015-16 'ਚ 5,000 crore ਦੀ ਟਰਨਓਵਰ ਰਹੀ ਸੀ ਪਿਛਲੇ ਸਾਲ ਦਾ 2018-2019 ਦਾ ਨੈੱਟ ਪ੍ਰੋਫਿਟ ਹੈ 8,452 crore ਹੈ ਪਿਛਲੇ ਸਾਲ ਦਾ ਪ੍ਰੋਫਿਟ ਨੈੱਟ ਪ੍ਰੋਫਿਟ ਮੈਂ ਟਰਨਓਵਰ ਦੀ ਗੱਲ ਨਹੀਂ ਕਰਦਾ ਪਿਆ ਅਤੇ ਆਹ 6 ਜਿਹੜੇ ਹੁਣ ਤੱਕ ਛਮਾਹੀ 6 ਮਹੀਨੇ ਦਾ ਤਿਮਾਹੀ ਰਿਜ਼ਲਟ ਆਏ ਨੇ ਹੈਗੇ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਇਨਕਮ ਜਿਹੜੀ ਆਈ ਹੈਗੀ ਆ 6 ਮਹੀਨਿਆਂ ਦੇ ਵਿੱਚ ਉਹ ਵੀ 4,000 crore ਦੇ ਲਗਭਗ ਹੋਇਆ ਜਿਹੜੀ ਕਿ ਬਹੁਤ ਵਧੀਆ ਆਪਾਂ ਨੈਟਵਰਕ ਅਸੀਂ ਕਹਿ ਸਕਦੇ ਮਾਰਜਨ ਹੈਗਾ ਨਾਮੀ ਕੰਪਨੀਆਂ ਪਹਿਲੇ ਨੰਬਰ 8,000 crore ਦਾ ਪ੍ਰੋਫਿਟ ਬਹੁਤ ਵੱਡਾ ਪ੍ਰੋਫਿਟ ਹੈ ਗਿਆ ਇਹ ਦੇਖੋ ਰਾਮਦੇਵ ਨੇ ਇਹ 'ਚ ਕੋਈ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਵੀ ਮੁਨਕਰ ਨਹੀਂ ਆਪਾਂ ਹੋ ਸਕਦੇ ਉਹਨਾਂ ਨੇ ਇੱਕ ਲੋਕਾਂ ਦੇ ਵਿੱਚ ਨਵੀਂ ਚੇਤਨਾ ਲੈ ਕੇ ਆਉਂਦੀ ਹੈ ਲੋਕਾਂ ਦੇ ਵਿੱਚ ਇੱਕ ਚੇਤਨਾ ਆਈ ਯੋਗ ਦੀ ਯੋਗ ਕੀ ਸੀ ਯੋਗ ਛੁਪੀ ਹੋਈ ਚੀਜ਼ ਸੀ ਲੋਕਾਂ ਦੇ ਅੱਗੇ ਇਹ ਲੈ ਕੇ ਆਏ ਨੇ ਉਹਨੇ ਪ੍ਰਾਪਤੀਆਂ ਵੀ ਹੈਗੀਆਂ ਨੇ ਇਹ ਨਹੀਂ ਗੱਲ ਉਹਨੇ ਆਯੁਰਵੈਦਿਕ ਦਾ ਸਾਇੰਸ ਦਾ ਜਿਹੜੀ ਆਯੁਰਵੈਦਿਕ ਸਾਇੰਸ ਆ ਉਹ ਲੋਕਾਂ ਅੱਗੇ ਲੈ ਕੇ ਆਉਂਦੀ ਲੋਕਾਂ ਨੂੰ ਉਸ ਸੰਬੰਧ ਵਿੱਚ ਗਿਆਨ ਹੋਇਆ ਚੇਤਨਾ ਸਵਾਲ ਇਹੀ ਹੈ ਵੀ ਯਕੀਨ ਕਿੰਨਾ ਕੁ ਕੀਤਾ ਜਾਵੇ ਰਾਮਦੇਵ 'ਤੇ ਨਹੀਂ ਰਾ ਇਹ ਦੇਖੋ ਇਹ ਤਾਂ ਵਪਾਰੀਕਰਨ ਆ ਇੱਕ ਕਮਰਸ਼ਲਾਈਜੇਸ਼ਨ ਕੀਤੀ ਉਹਨਾਂ ਨੇ ਤੁਸੀਂ ਦੱਸ ਰਹੇ ਹੋ ਕਿ 850 ਦੀ ਹੁਣ ਵੇਚਦੇ ਪਏ ਨੇ 545 ਦੀ ਉਹ ਕੱਢਤੀ ਹੈਗੀ ਠੀਕ ਹੈ ਤੁਸੀਂ ਤਾਂ ਕਹਿੰਦੇ ਸੀ 35 rupees ਦਾ ਜੋ ਮੋਦੀ ਸਰਕਾਰ ਆਊਗੀ ਤੇਲ ਮਿਲੂਗਾ ਦੇਸ਼ ਕਾਲਾ ਧਨ ਵਾਪਸ ਆਊਗਾ ਰਾਮਦੇਵ ਦੀ ਕੋਈ ਕੁਛ ਸਾਇਜ਼ ਵਾਲੇ ਬਿਆਨ ਨਹੀਂ ਹੈਗੇ ਕਿਉਂਕਿ ਉਹਨੂੰ ਬਹੁਤ ਸਮਝਦਾਰ ਨਹੀਂ ਮੰਨਿਆ ਜਾ ਸਕਦਾ ਠੀਕ ਹੈ ਮੈਂ ਮੰਨਦਾ ਤੁਸੀਂ ਕਹਿੰਦੇ ਤੁਹਾਡੀ ਦਵਾਈ ਪ੍ਰੂਵ ਹੋਣਾ ਨਾ ਜਿੱਥੇ 100 patient ਕਰੋਨਾ ਦਾ ਹੈਗਾ ਉੱਥੇ ਬਾਬਾ ਰਾਮਦੇਵ ਵਿੱਚ ਪਾ ਦਿਓ ਉਹਨਾਂ ਦੇ ਇਹ ਦਵਾਈ ਲੈ ਲੈਣ ਬਚ ਜਾਣ ਆਪਣੇ ਸਰਟੀਫਿਕੇਟ ਪ੍ਰੂਵ ਹੋ ਜੂਗਾ ਇੱਕ ਦਾਅਵਾ ਕਰਦੇ ਪਏ ਨੇ ਨਾ ਇਹਨਾਂ ਨੂੰ ਲੈ ਕੇ ਜਾਓ 100 patient ਵਿੱਚ ਪਾਓ ਇਹਨੂੰ ਲਿਆ ਕੇ ਜੇ ਇਹ ਦਵਾਈ ਖਤਮ ਬਚ ਜਾਂਦੇ ਨੇ ਫਿਰ ਉਹ ਦਵਾਈ ਲੈ ਲੈਣ ਹਾਂ ਦਵਾਈ ਲੈ ਲੈਣ ਉਹ ਜੇ ਕਹਿੰਦੇ ਸਹੀ ਇਹਨੂੰ 100% ਹੋ ਜਾਣਾ ਉਹਨੇ ਆਪ ਹੀ ਦਾਵਾ ਕਰਦੇ ਪਏ ਜਾਣ ਲੋਕਾਂ 'ਚ ਗੁਮਰਾਹ ਰਹਿਣ ਕਰਨ ਹਾਂ ਜੇ ਬਚ ਜਾਂਦੇ ਨੇ ਫਿਰ ਅਸੀਂ ਮੰਨ ਲਾਂਗੇ ਦਵਾਈ ਸਹੀ ਹੈ ਜੀ ਉਹੀ ਹੈ ਨਾ ਕਿਉਂਕਿ ਹੁਣ ਜਿਹੜੀ ਰਿਕਵਰੀ ਰੇਟ ਹੈ ਉਹ ਖੁਦ ਵੀ ਹੈ ਬਹੁਤ ਸਾਰੇ ਲੋਕ ਠੀਕ ਵੀ ਹੋ ਰਹੇ ਨੇ ਲੱਖਾਂ ਲੋਕ ਜੇ ਕਰੋਨਾ ਵਾਇਰਸ ਹੋਇਆ ਵੀ ਹੈ ਠੀਕ ਵੀ ਹੋ ਰਹੇ ਨੇ ਉਹਨਾਂ ਨੇ ਤਾਂ ਬਾਬਾ ਰਾਮਦੇਵ ਵਾਲੀ ਦਵਾਈ ਲਈ ਨਹੀਂ ਹੈਗੀ ਇਹ ਨਾ ਹੋਵੇ ਕਿ ਕੱਲ੍ਹ ਨੂੰ 545 ਵਾਲੀ ਤੁਸੀਂ ਦਵਾਈ ਵੇਚੋ ਅਰਬਾਂ ਰੁਪਏ ਕਮਾ ਲਓ ਅਤੇ ਬੰਦੇ ਖੁਦ ਵੀ ਠੀਕ ਹੋ ਰਹੇ ਨੇ ਤੁਸੀਂ ਕਹਿ ਦਿਓ ਕਿ ਮੇਰੀ ਦਵਾਈ ਨਾਲ ਠੀਕ ਹੋਇਆ ਲੋਕਾਂ ਨੂੰ ਤੁਸੀਂ ਮਾਰਗਦਰਸ਼ਨ ਦੇਣਾ ਦੇਖੋ ਤੁਸੀਂ ਇੱਕ ਸਹੀ ਰਸਤੇ ਦੀ ਲੋਕਾਂ ਨੂੰ ਦਿਸ਼ਾ ਦਿਖਾਓ ਜੀ ਵੀ ਆਹ ਰਸਤਾ ਸਹੀ ਹੈਗਾ ਤੁਸੀਂ ਲੋਕਾਂ ਨੂੰ ਲੁੱਟਣ ਦੀ ਯੋਜਨਾ ਨਾ ਬਣਾਓ ਤੁਸੀਂ ਲੋਕਾਂ ਨੂੰ ਲੁੱਟਣਾ ਕਿਸ ਤਰ੍ਹਾਂ ਲੋਕੀ ਤਾਂ ਪਹਿਲਾਂ ਲੁੱਟੇ ਪਏ ਨੇ ਸਰਕਾਰਾਂ ਨੇ ਲੁੱਟ ਲਏ ਹੁਣ ਤੁਸੀਂ ਲੁੱਟ ਲਓ ਪਰ ਰਾਜਦੀਪ ਜੀ ਇੱਦਾਂ ਨਹੀਂ ਲੱਗਦਾ ਕਿ 545 ਦੀ ਰਕਮ ਕੋਈ ਬਹੁਤ ਵੱਡੀ ਜਿਹੜੀ ਰਕਮ ਨਹੀਂ ਹੈਗੀ ਦੇਖੋ ਇਸ ਕਰਕੇ ਲੱਗਦਾ ਕਿ ਅਫੋਰਡ ਕਰ ਸਕਦੇ ਪੋਪੂਲੇਸ਼ਨ ਕਿੰਨੀ ਹੈ 37 ਕਰੋੜ ਰੁਪਏ ਹਰ ਬੰਦਾ ਲੈ ਲਓ 500 rupees ਕਿਸੇ ਨੂੰ ਕੀ ਪ੍ਰੋਬਲਮ ਦੂਜੀ ਵਾਰ ਉਹਨੇ ਕੋਈ ਦਾਵਾ ਨਹੀਂ ਕਰਨਾ ਕਹਿੰਦਾ ਯੂਜ਼ ਹੀ ਕਰਕੇ ਦੇਖ ਲੈਂਦੇ ਆ ਹਰ ਬੰਦਾ ਯੂਜ਼ ਕਰੂਗਾ ਜੀ ਤੇ ਬਾਬਾ ਰਾਮਦੇਵ ਜੀ ਨੇ ਤਾਂ ਕਮਾ ਲੈਣੇ ਫਿਰ ਕਰੋੜਾਂ ਦੁਨੀਆ ਦੇ ਵਿੱਚ ਜੀ ਡਰ ਬਹੁਤ ਛੇਤੀ ਜਲਦੀ ਵਿਕਦਾ ਤੇ ਕਰੋਨਾ ਵੀ ਇੱਕ ਡਰ ਹੈ ਜਿਹੜਾ ਬਾਬਾ ਰਾਮਦੇਵ ਨੇ ਵੇਚ ਜਾਣਾ ਹੈਗਾ ਆਮ ਮਾਨਸਿਕਤਾ ਸਾਡੀ ਅਸੀਂ ਡਰ ਬਹੁਤ ਛੇਤੀ ਛੇਤੀ ਵੇਚ ਸਕਦੇ ਹਾਂ ਆਯੂਸ਼ ਮੰਤਰਾਲਾ ਕਹਿ ਰਿਹਾ ਹੈ ਕਿ ਹਾਲੇ ਤੁਸੀਂ ਪ੍ਰਚਾਰ ਪ੍ਰਸਾਰ ਨਹੀਂ ਕਰਨਾ ਪਰ ਲੱਗਦਾ ਨਹੀਂ ਕਿ ਪ੍ਰਚਾਰ ਪ੍ਰਸਾਰ ਤਾਂ ਕਰਤਾ ਰਾਮਦੇਵ ਨੇ ਉਹਨਾਂ ਨੇ ਕੀਤਾ ਉਹ ਗੈਰ ਕਾਨੂੰਨੀ ਹੈਗਾ ਪ੍ਰੈਸ ਕਾਨਫਰੰਸ ਕਰਤੀ ਸਾਰੇ ਮੀਡੀਆ ਚੈਨਲਸ ਤੇ ਆ ਕੇ ਗੈਰ ਕਾਨੂੰਨੀ ਇਹਨਾਂ ਨੇ ਕੀਤਾ ਜੋ ਵੀ ਕੀਤਾ ਹੈਗਾ ਮਤਲਬ ਉਹ ਨਹੀਂ ਕਰ ਸਕਦੇ ਸੀ ਉਹਦੇ ਆਪਣੇ ਜੋ ਇਹਨਾਂ ਨੇ ਪ੍ਰਚਾਰ ਕੀਤਾ ਹੈ ਉਹਦੇ ਸੰਬੰਧ ਦੇ ਵਿੱਚ ਇਹਨਾਂ ਨੋਟਿਸ ਵੀ ਚਲਿਆ ਗਿਆ ਹੈਗਾ ਵੀ ਤੁਸੀਂ ਇਹਦੀ ਮਾਰਕੀਟਿੰਗ ਨਹੀਂ ਕਰ ਸਕਦੇ ਸੀ ਦਵਾਈ ਦੀ ਪਰ ਕਿਉਂਕਿ ਦੇਖੋ ਮਨੁੱਖੀ ਜ਼ਿੰਦਗੀਆਂ ਦੀ ਗੱਲ ਆ ਤੁਸੀਂ ਖੇਡ ਨਹੀਂ ਸਕਦੇ ਮਨੁੱਖੀ ਜ਼ਿੰਦਗੀਆਂ ਨਾਲ ਮਨੁੱਖੀ ਜ਼ਿੰਦਗੀ ਦੀਆਂ ਜਾਨਾਂ ਨਾਲ ਖੇਡ ਨਹੀਂ ਸਕਦੇ ਪਰ ਰਾਮਦੇਵ ਹੋਰੀ ਜਿਸ ਤਰੀਕੇ ਨਾਲ ਸਰਕਾਰ ਦੇ ਨਾਲ ਉਹਨਾਂ ਦੇ ਤਾਲੁਕਾਤ ਨੇ ਮੋਦੀ ਸਰਕਾਰ ਦੇ ਨਾਲ ਕਿ ਕੋਈ ਅੰਦਰ ਗਤੀ ਫਿਰ ਕਿਤੇ ਪ੍ਰੂਵ ਮਿਲ ਗਈ ਅਤੇ ਦਵਾਈ ਮਾਰਕੀਟ 'ਚ ਆ ਸਕਦੀ ਨਹੀਂ ਅੰਦਰ ਗਤੀ ਸਰਕਾਰ ਇਸ ਤਰ੍ਹਾਂ ਅਪਰੂਵਲ ਨਹੀਂ ਸਕਦੀ ਅਜਿਹੇ ਸਮੇਂ 'ਚ ਇਸ ਤਰ੍ਹਾਂ ਅਪਰੂਵਲ ਨਹੀਂ ਮਿਲ ਸਕਦੀ ਹੈਗੀ ਠੀਕ ਹੈ ਉਹਨਾਂ ਨੇ ਗਲਤ ਕੀਤਾ ਉਹਦੇ ਉਹਨਾਂ ਦੀ ਯੋਗ ਕਾਰਵਾਈ ਨਹੀਂ ਹੋਈ ਉਹ ਸਰਕਾਰ ਨੇ ਫੇਵਰ ਕੀਤੀ ਉਹਨਾਂ ਦੀ ਸਰਕਾਰ ਇਸ ਚੀਜ਼ ਦੀ ਗਲਤ ਦਵਾਈ ਲਾਂਚ ਕਰਨ ਨੂੰ ਇਹਨਾਂ ਨੂੰ ਉਤਸ਼ਾਹਿਤ ਕਰੂਗੀ ਉਸ ਤਰ੍ਹਾਂ ਸਰਕਾਰ ਕਦੇ ਨਹੀਂ ਕਰੂਗੀ ਕਿਉਂਕਿ ਸਰਕਾਰ ਲੋਕਾਂ ਲਈ ਜਵਾਬਦੇਹ ਹੈ ਜੇ ਇਹ ਦਵਾਈ ਦੇ ਦੇਣਗੇ ਇਹਦੇ ਸਰਕਾਰ ਨੇ ਆਪਣੀ ਪਹਿਲੇ ਸੱਤਾ ਦੇਖਣੀ ਆ ਰਾਮਦੇਵ ਨੇ ਦੇਖਣਾ ਹੈਗਾ ਰਾਮਦੇਵ ਨੇ ਜੋ ਝੱਲੀਆਂ ਮਾਰ ਕੇ 35 rupees ਤੇਲ ਹੋਊਗਾ ਕਾਲਾ ਧਨ ਆਊਗਾ ਠੀਕ ਹੈ ਸਵਦੇਸ਼ੀ ਦੀ ਗੱਲ ਕੀਤੀ ਹੈਗੀ ਆ ਗੱਲਾਂ ਕਰਦੇ ਰਹੇ ਨੇ ਜੋ ਇਹਨਾਂ ਦੀ ਵਿਚਾਰਧਾਰਾ ਸੀਗੀ ਉਹਦੇ ਤੇ ਕਿਹੜੇ ਖੜੇ ਨੇ ਮੁੜ ਕੇ ਇਹਨਾਂ ਨੇ ਮੋਦੀ ਸਾਹਿਬ ਜਾ ਕੇ ਪੁੱਛਿਆ ਭਾਈ 35 rupees ਲਿਆ ਕਿੱਥੇ ਆ ਮੇਰਾ ਕਾਲਾ ਧਨ 15 rupees ਅੱਜ ਹੁਣ ਇੱਕ ਵਾਰੀ ਬੋਲਿਆ ਨਾ 83 rupees ਹੋ ਗਿਆ ਇਹ ਸੰਨਿਆਸੀ ਬਣਿਆ ਹੈ ਇਹ ਝੂਠਾ ਬੰਦਾ ਮੈਂ ਤਾਂ ਇਹ ਕਹਿੰਦਾ ਵੀ ਇਹ ਤਾਂ ਹਿਪੋਕ੍ਰੇਟ ਇਨਸਾਨ ਆ ਜੀ 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 ਅੱਛਾ
ਤੇ ਆਯੂਸ਼ ਮੰਤਰਾਲੇ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪਰ ਲੱਗਦਾ ਨਹੀਂ ਕਿ ਪਹਿਲਾਂ ਜਾਣਕਾਰੀ ਦੇਣੀ ਚਾਹੀਦੀ ਜਾਂ ਬਾਅਦ ਵਿੱਚ ਜਾਣਕਾਰੀ ਦੇਣੀ ਚਾਹੀਦੀ। ਕੋਈ ਟ੍ਰਾਇਲ ਨਹੀਂ ਨਾ ਪੂਰਾ ਕੀਤਾ, ਮੈਂ ਤੁਹਾਨੂੰ ਪ੍ਰੋਸੀਜਰ ਦੱਸਦਾ ਹੈ ਜੀ। ਇੱਕ ਜੋ ਪ੍ਰੋਸੀਜਰ ਹੈ ਸਾਡੀ ਕਾਨੂੰਨ ਦੀ ਕਿਤਾਬ ਹੈ, ਇਹਨੇ ਵੈਬਸਾਈਟ ਤੇ ਪਿਆ, ਤੁਹਾਨੂੰ ਪੜ੍ਹ ਕੇ ਦੱਸਦਾ ਪਿਆ ਮੈਂ। ਮੈਂ ਕਿਹੜਾ ਬਰਵਲ ਦੱਸਦਾ ਪਿਆ ਜੀ ਤੇ ਇਹਨਾਂ ਨੇ ਕਿੱਥੇ ਫਾਲੋ ਕੀਤਾ ਦਿਖਾਓ ਜੀ। ਆਯੂਸ਼ ਡਿਪਾਰਟਮੈਂਟ ਤੋਂ ਜੇ ਅਪਰੂਵਲ ਲਈ ਹੁੰਦੀ ਇਹਨਾਂ ਨੂੰ ਕਿਉਂ ਦਿੰਦਾ? ਅੱਛਾ ਸੈਂਟਰਲ ਡਰੱਗ ਡਿਪਾਰਟਮੈਂਟ ਤੋਂ ਅਪਰੂਵਲ ਲਈ ਇਹਨਾਂ ਨੇ ਜੀ। ਸੈਂਟਰਲ ਡਰੱਗਸ ਤੋਂ ਕਿੱਥੇ ਅਪਰੂਵਲ ਲਈ ਹੈ ਜੀ? ਉਹ ਤਾਂ ਉਹਨਾਂ ਨੇ ਨੋਟਿਸ ਭੇਜ ਦਿੱਤਾ ਜਿਹੜੇ ਉੱਤਰਾਖੰਡ ਦਾ ਜਿਹੜਾ ਡਰੱਗ ਡਿਪਾਰਟਮੈਂਟ ਹੈਗਾ ਏ, ਜਿਹੜਾ ਇਹਦੇ ਨਾਲ ਡੀਲ ਕਰਦਾ ਹੈ, ਡਰੱਗ ਲਾਇਸੈਂਸ ਅਥਾਰਟੀ ਹੈ ਆਯੁਰਵੈਦਿਕ ਡਰੱਗਸ ਔਰ ਸਪਲੀਮੈਂਟ। ਸਪਲੀਮੈਂਟ ਦੀ ਅਪਰੂਵਲ ਸੌਖੀ ਮਿਲਦੀ, ਡਰੱਗ ਦੀ ਅਪਰੂਵਲ ਸੌਖੀ ਨਹੀਂ ਮਿਲਦੀ ਹੈ। ਪਰ ਫਿਰ ਜੇ ਰਾਮਦੇਵ ਜੀ ਨੇ ਇਹ ਬਣਾਇਆ ਵੀ ਹੈ, ਇਮਿਊਨਿਟੀ ਬੂਸਟਰ ਬਣਾਇਆ, ਤਾਂ ਉਹਨੂੰ ਇਮਿਊਨਿਟੀ ਬੂਸਟਰ ਕਹਿ ਕੇ ਵੇਚਣਾ ਚਾਹੀਦਾ, ਨਾ ਕਿ ਮੈਡੀਸਨ ਕਹਿ ਕੇ ਵੇਚਣਾ ਚਾਹੀਦਾ ਕਰੋਨਾ ਦੀ। ਡਰ ਵਿਕ ਜੂਗਾ ਜੀ, ਜਲਦੀ ਵਿਕੂਗੀ, ਬਹੁਤ ਤੇਜ਼ੀ ਨਾਲ ਲੋਕ ਲੈਣਗੇ, ਲਾਈਨਾਂ ਲੱਗ ਕੇ ਲੋਕ ਲੈਣਗੇ। ਇਹ ਖੇਰ 45 ਦੀ ਕਾਢਣ ਤਾਂ ਲੋਕਾਂ ਨੇ ਲੈਣੀ ਹੈ। ਅੱਛਾ ਹੁਣ ਰਾਮਦੇਵ ਹੋਰਾਂ ਦੀਆਂ ਡਿਸਟ੍ਰੀਬਿਊਟਰ ਬਹੁਤ ਵੱਡੇ ਪੱਧਰ 'ਤੇ ਨੇ ਦੇਸ਼ ਦੇ ਵਿੱਚ, ਦੁਨੀਆਂ ਦੇ ਵਿੱਚ, ਮੇਲਾ ਦਾ ਬਹੁਤ ਕਾਰੋਬਾਰ ਬਹੁਤ ਫੈਲ ਗਿਆ ਜੀ। ਰਾਮਦੇਵ ਕਾਰੋਬਾਰ ਕਰਨਾ ਅਤੇ ਕਾਰੋਬਾਰ 'ਚ ਤੁਸੀਂ ਤਰੱਕੀ ਕਰਨੀ, ਗਰੋਥ ਲੈਣੀ, ਉਹ ਕੋਈ ਕਾਨੂੰਨ ਅਪਰਾਧ ਨਹੀਂ ਹੈਗਾ। ਹਰ ਇੱਕ ਬੰਦੇ ਦਾ ਅਧਿਕਾਰ ਆ, ਅਤੇ ਚੰਗੀ ਗੱਲ ਆ ਵੀ ਉਹਨਾਂ ਨੇ ਤਰੱਕੀ ਕੀਤੀ ਹੈਗੀ। ਇਹ ਇਹ 'ਚ ਕੋਈ ਸਾਨੂੰ ਇਸ ਵਿੱਚ ਕੋਈ ਸ਼ੰਕਾ ਨਹੀਂ ਹੈ, ਇਤਰਾਜ਼ ਨਹੀਂ ਹੈਗਾ, ਚੰਗੀ ਗੱਲ ਹੈਗੀ ਉਹਨਾਂ ਨੇ ਤਰੱਕੀ ਕੀਤੀ ਹੈਗੀ ਹੈ। ਪਰ ਲੋਕਾਂ ਨੂੰ ਗੁੰਮਰਾਹ ਕਰਕੇ, ਲੋਕਾਂ ਤੋਂ ਪੈਸਾ ਇੱਠਣਾ ਅਤੇ ਤੁਹਾਡਾ ਇਰਾਦਾ ਗਲਤ ਹੋਣਾ ਲੋਕਾਂ ਤੋਂ ਜਿਹੜੇ ਪੈਸੇ ਇੱਠਣ ਦਾ, ਉਹ ਤਰੀਕਾ ਗਲਤ ਹੈਗਾ। ਚਲੋ ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ। ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਰ ਸਾਹਮਣੇ ਆਉਂਦਾ ਕਿ ਆਯੂਸ਼ ਡਿਪਾਰਟਮੈਂਟ ਜਿਹੜਾ ਇਸ ਦਵਾਈ ਨੂੰ ਲੋਕਾਂ ਦੇ ਲਈ ਭੇਜਦਾ ਕਿ ਹਾਂ ਇਹ ਦਵਾਈ ਠੀਕ ਹੈ ਜਾਂ ਇਸ 'ਤੇ ਹੋਰ ਹਾਲੇ ਰਿਸਰਚ ਵਰਕ ਹੁੰਦਾ, ਦੇਖਣਾ ਹੋਏਗਾ। ਪਰ ਜੇ ਵਾਕਈ ਰਾਮਦੇਵ ਨੇ ਦਵਾਈ ਬਣਾਤੀ ਤਾਂ ਬਹੁਤ ਵੱਡੀ ਗੱਲ ਹੈ, ਅਤੇ ਫਿਰ ਤਾਂ ਸਾਰੀ ਦੁਨੀਆ ਨੂੰ ਸ਼ਾਇਦ ਰਾਮਦੇਵ ਵਾਲੀ ਦਵਾਈ ਲੈਣੀ ਚਾਹੀਦੀ ਅਤੇ ਕੋਰੋਨਾ ਵਾਇਰਸ ਖਤਮ ਹੋ ਜੂਗਾ, ਸਾਰੇ ਲੋਕ ਠੀਕ ਹੋ ਜਾਣਗੇ। ਪਰ ਹਾਲੇ ਭਵਿੱਖ ਦੇ ਵਿੱਚ ਹੈ ਕਿ ਕੀ ਕੁਝ ਹੁੰਦਾ ਹੈ। ਫਿਲਹਾਲ ਇਸ ਪੇਸ਼ਕਸ਼ ਚੰਨਾ ਹੀ ਸਾਨੂੰ ਦਿਓ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।